ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਠੀਕ ਠਾਕ ਹੋ? ਅਤੇ ਵੈਲਕਮ ਬੈਕ ਗਾਇਸ, ਅੱਜ ਦੀ ਕਰਦੇ ਹਾਂ ਜੀ ਨਵੀਂ ਵੀਡੀਓ ਸ਼ੁਰੂ। ਅੱਜ ਵਲੌਗ ਨਹੀਂ, ਇੱਕ ਵੈਸੇ ਇੱਕ ਵੀਡੀਓ ਮਿਨੀ ਜੀ, ਕਿਉਂਕਿ ਸਾਡੇ ਯਾਰ ਦੋਸਤ ਮਿੱਤਰ ਜਿਹੜੇ ਹੁਣ 299 ਸਬਸਕ੍ਰਾਈਬਰ ਹੈ ਇਸ ਵੇਲੇ ਸਾਡੇ, ਅਤੇ 99 ਤੋਂ 90 ਨਹੀਂ ਹੋਣ ਡਿਆ ਪਿਛਲੇ 3-4 ਮਹੀਨਿਆਂ ਤੋਂ। ਪਤਾ ਨਹੀਂ ਇੱਕ ਕਿਹੜਾ ਸਾਡਾ ਵੀਰ ਭਰਾ ਜਿਹੜਾ ਵਾ ਉਹ ਕਿਤੇ ਬੈਠਾ ਵਾ, ਉਹ ਕਰ ਦਿਓ ਕਰ ਦਿਓ, ਅਤੇ ਚਲੋ ਕੋਈ ਨਹੀਂ ਹੋ ਜਾਣਗੇ ਵੀ 90। ਅੱਛਾ 299 ਤਾਂ ਸਾਨੂੰ 350-400 ਬੰਦੇ ਦੇ ਕਰੀਬ, ਯਾਨੀ ਕਿ ਐਵਰੇਜ ਜਿਹੜਾ ਉਹ ਬੰਦਾ ਸੁਣ ਡਿਆ। ਸਾਡੇ ਯਾਰ ਦੋਸਤ ਮਿੱਤਰਾਂ ਦੇ ਵੀ ਤੁਸੀਂ ਲਾਈਵ ਵਲੌਗ 'ਤੇ ਬਣਾਈ ਜਾਂਦੇ ਜੇ, ਅਤੇ ਜਿਹੜੇ ਕਿ ਜਿਹੜੀ ਅਸੀਂ ਬਹੁਤ ਪ੍ਰੋਫੈਸ਼ਨਲ ਨਹੀਂ ਉਹਦੇ ਵਿੱਚ, ਅਤੇ ਉਹ ਕਹਿੰਦੇ ਵੀ ਨਾਲ ਦੀ ਨਾਲ ਤੁਸੀਂ ਥੋੜ੍ਹਾ ਜਿਹਾ ਜਿੱਦਾਂ ਆਪਣੇ ਗਾਂ ਸੈਪਟੈਂਬਰ ਬੈਚ ਆਉਣਾ, ਹੁਣ ਸਟੂਡੈਂਟ ਮੁੰਡੇ ਵੀਰ ਭਰਾ ਆਉਣੇ ਸਾਰੇ, ਅਤੇ ਉਹਨਾਂ ਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ, ਕਿਉਂਕਿ ਨਵਾਂ ਰੂਲ ਇੱਕ ਇਹਨਾਂ ਨੇ ਕਰ ਦਿੱਤਾ, ਇੱਕ ਚੇਂਜ ਕੀਤੀ ਆ, ਬਹੁਤ ਬਿਗ ਚੇਂਜ ਆ, ਜਿਹਦੇ ਕਰਕੇ ਬੜਾ ਹੀ ਸਟੂਡੈਂਟਾਂ ਨੂੰ ਨੁਕਸਾਨ ਹੋਣ ਵਾਲਾ, ਕਿਉਂਕਿ ਜਿਨ੍ਹਾਂ ਨੇ ਤਾਂ ਹੱਥ ਧੋਲੇ ਆ ਗੰਗਾ 'ਚ ਉਹ ਤਾਂ ਧੋਲੇ ਆ, ਅਤੇ ਜਿਹੜੇ ਹੁਣ ਗਾਂਹ ਆਉਣੇ ਉਹਨਾਂ ਦੇ ਧੁੱਪਣੇ ਨਹੀਂ ਜੇ, ਉਹ ਰੂਲ ਦੇ ਕਰਕੇ ਧੁੱਪਣੇ ਨਹੀਂ ਆ। ਉਹ ਰੂਲ ਕਿਹੜਾ ਵਾ, 4-5 ਦਿਨ ਹੋ ਗਏ ਉਹਨਾਂ ਨੇ ਅਨਾਊਂਸ ਕੀਤਾ, ਅਤੇ ਉਹਦੇ ਬਾਰੇ ਅੱਜ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ, ਅਤੇ ਨਾਲ ਦੀ ਨਾਲ ਹੀ ਅੱਜ ਥੋੜ੍ਹਾ ਚਾਨਣਾ ਪਾਵਾਂਗੇ ਸਟੂਡੈਂਟ ਲਾਈਫ ਜਿਹੜੀ ਆ UK ਦੇ ਵਿੱਚ ਉਹ ਕਿੱਦਾਂ ਦੀ ਆ, ਕੀ ਮੁਸ਼ਕਲਾਂ, ਕਿੰਨਾ ਕੁ ਉਹਨਾਂ ਨੂੰ ਖਰਚਾ ਮਰਚਾ ਪੈ ਜਾਂਦਾ, ਅਤੇ ਕਿੰਨੇ ਕੁ ਉਹਨਾਂ ਦਾ ਬਣਦਾ, ਕੋਈ ਬਹੁਤ ਜ਼ਿਆਦਾ ਐਕੂਰੇਟ ਨਹੀਂ ਕਰਨ ਵਾਲਾ, ਆਪਾਂ ਮੋਟਾ ਮੋਟਾ ਕਰਾਂਗੇ। ਸਟੂਡੈਂਟ ਲਾਈਫ ਇੱਦਾਂ ਹੈ ਜੀ, ਇੱਥੇ ਲਾਈਫ ਤਾਂ ਬਹੁਤ ਹਾਰਡ ਆ, ਜਿਵੇਂ ਕਿ ਹਰੇਕ ਕੰਟਰੀ ਦੇ ਵਿੱਚ ਹੁੰਦੀ ਆ ਸਟੂਡੈਂਟ ਲਾਈਫ, ਕੈਨੇਡਾ ਲਾ ਲਓ, ਆਸਟ੍ਰੇਲੀਆ ਲਾ ਲਓ, ਕਿਤੇ ਹੋਰ ਅਮਰੀਕਾ ਤਾਂ ਚਲੋ ਖੈਰ ਮੁੰਡੇ ਆਪਣੀ ਜਾਂਦੀ ਜਨਤਾ ਘੱਟ ਆ, ਅਤੇ ਇੰਗਲੈਂਡ ਦੇ ਵਿੱਚ ਜਾਂ ਕਿਤੇ ਵੀ, ਹੈ ਨਾ, ਪੜ੍ਹਾਈ ਕਰਨੀ ਨਾਲ ਦੀ ਨਾਲ, ਕੰਮ ਦੇ ਨਾਲ, ਖਰਚੇ ਦੇ ਨਾਲ, ਪਿੱਛੇ ਪਾਉਣੇ ਪੈਸੇ, ਅਤੇ ਜੋਬਾਂ ਜੁਬਾਂ ਜਿਹੜੀਆਂ ਉਹ ਤੁਹਾਨੂੰ ਪਤਾ, ਇੱਕ ਰਿਸੈਸ਼ਨ ਹੋ ਗਿਆ ਇੱਥੇ ਪਿਛਲੇ ਸਾਲ ਤੋਂ ਚੱਲਣ ਡਿਆ ਰਿਸੈਸ਼ਨ, ਅਤੇ ਨਾਲ ਦੂਸਰਾ ਆਪਣਾ ਮਾਰਾ ਜੋਬਾਂ ਦੀਆਂ ਵੀ ਘਾਟ ਹੁੰਦੀ ਆ, ਸਟੂਡੈਂਟ ਨੂੰ 20 ਘੰਟੇ ਲਾਓ, ਉਹਦੇ ਵਿੱਚ ਤੁਹਾਨੂੰ ਪਤਾ ਜੋਬਾਂ ਜੁਬਾਂ ਘੱਟ ਦਿੰਦੇ ਆ, ਪੈਗੀਆਂ ਪੂਗੀਆਂ ਦੇ ਵਿੱਚ ਮਿਲ ਜੇ, ਜਾਂ ਆਪਣੇ ਲੋਕਲ ਜਿਹੜੇ ਹੁੰਦੇ ਆ ਉਹਨਾਂ ਦੇ ਨਾਲ ਸ਼ੋਪਾਂ ਸ਼ੂਪਾਂ 'ਤੇ ਜਾਂ ਕਿਤੇ ਕੋਈ ਹੋਰ ਕੰਮ ਜਾਂ ਬਿਲਡਰਾਂ ਬੁਲਡਰਾਂ ਦੇ ਨਾਲ ਮਿਲ ਜੇ ਤਾਂ ਠੀਕ ਆ, ਨਹੀਂ ਤਾਂ ਤੁਹਾਨੂੰ ਪਤਾ ਹੀ ਆ ਬਹੁਤ ਘੱਟ, ਸਰਵਾਈਵ ਕਰਨਾ ਬਹੁਤ ਹਾਰਡ ਆ। ਜੇਕਰ ਤੁਸੀਂ ਫੁੱਲ ਟਾਈਮ ਕਾਲਜ ਆਪਣਾ ਜਾਓਗੇ, ਆਪਣੀ ਸਟੱਡੀ ਪੂਰੀ ਕਰੋਗੇ, ਗਾਂ ਵਰਕ ਪਰਮਿਟ ਵਗੈਰਾ ਕਰਾਉਣ ਲਈ ਜਾਂ ਜੋ ਵੀ ਪੱਕੇ ਪਕੋਏ ਹੋਣ ਲਈ, ਅਤੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਅਸੀਂ ਸਰਵਾਈਵ ਨਹੀਂ ਕਰ ਸਕਦੇ, ਕਿਉਂਕਿ ਪੈਸੇ ਦੇ ਕਰਕੇ ਤਾਂ ਆਪਾਂ ਉੱਥੋਂ ਇੱਥੇ ਆਏ, ਅਤੇ ਜੇ ਫਿਰ ਪੜ੍ਹਾਈ ਦੇ ਚੱਕਰ 'ਚ ਪੈਸਾ ਉੱਥੋਂ ਮੰਗਾਉਣਾ ਤਾਂ ਉਹ ਵੀ ਸੈੱਟ ਨਹੀਂ ਕੰਮ, ਅਤੇ ਇਹਦੇ ਕਰਕੇ ਤੁਹਾਨੂੰ ਪਤਾ ਹੀ ਆ ਕਿ ਜਨਤਾ ਆਪਣੀ, ਖਾਸ ਕਰਕੇ ਆਹ ਕੰਟਰੀ ਦੇ ਵਿੱਚ ਸਟੱਡੀ ਸਟੂਡੀ ਤਾਂ ਖੈਰ ਮੁੰਡੇ ਤਾਂ ਖੈਰ ਬਿਲਕੁਲ ਤੁਹਾਨੂੰ ਪਤਾ ਹੀ ਆਉਂਦੇ ਕਿ ਦਫਾ ਮਾਰੋ ਬਿਲਡਰਾਂ ਨਾਲ ਲਾ ਕੇ, ਜਾਂ ਇੱਧਰ ਉੱਧਰ ਕੋਈ ਲਾਇਸੈਂਸ ਪਾਸ ਕਰ ਲਏ, ਉਹ ਵਧੀਆ ਆਪਸ਼ਨ ਆ, ਅਤੇ ਕਿਤੇ ਨਾ ਕਿਤੇ ਆਪਣਾ ਕਰਕੇ ਅਤੇ ਵਧੀਆ ਗੁਜ਼ਾਰਾ ਕਰਦੇ ਆ, ਵਧੀਆ ਪੈਸੇ ਬਣਾਉਣ ਡਿਆ ਪੈਂਦੇ, ਹੈ ਨਾ। ਪਰ ਇਹ ਆ ਵੀ ਇਹ ਜਿਹੜਾ ਕੰਮ ਕਰਦੇ ਆਪਣਾ ਜਾਂ ਆਪਾਂ ਕਰਦੇ ਹਾਂ, ਇਹਦੇ ਵਿੱਚ ਇਹ ਆ ਕਿ ਹੁੰਦਾ ਸਿਰਫ ਗੁਜ਼ਾਰਾ ਹੀ, ਗੁਜ਼ਾਰਾ ਕਹਿਣ ਦਾ ਭਾਵ ਥੋੜ੍ਹੇ ਬਹੁਤ ਸੇਵ ਹੁੰਦੇ ਆ, ਕਿਉਂਕਿ ਅੱਜ ਕੱਲ੍ਹ ਖਰਚੇ ਵੀ ਇੰਨੇ ਵੱਧ ਗਏ ਰਿਸੈਸ਼ਨ ਤੋਂ ਬਾਅਦ ਜਾਂ ਕਰੋਨੇ ਤੋਂ ਬਾਅਦ, ਇਹਨਾਂ ਨੇ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਆ ਮੰਗਿਆਈ ਕਰਤੀ ਆ, ਗਰੋਸਰੀ ਗਰੂਸਰੀ ਲੀੜਾ ਲੱਤਾ ਹਰੇਕ ਚੀਜ਼ ਸਿਰਫ ਇੱਕ ਪੇ ਨੂੰ ਛੱਡ ਕੇ, ਪੇ ਜਿਹੜੀ ਆ ਉਹ ਨਹੀਂ ਵਧਾਈ, ਬਾਕੀ ਹਰੇਕ ਚੀਜ਼ ਵਧਾ ਦਿੱਤੀ ਆ। ਅਤੇ ਹੁਣ ਜਿਵੇਂ ਨਵੇਂ ਆਪਣੇ ਸਟੂਡੈਂਟ ਆਉਂਦੇ ਇੰਡੀਆ ਤੋਂ, ਪਾਕਿਸਤਾਨ ਤੋਂ, ਜਾਂ ਇੱਧਰ ਬੰਗਲਾਦੇਸ਼, ਇੱਧਰ ਉੱਧਰੋਂ ਕਿਸੇ ਵੀ ਕੰਟਰੀਆਂ ਤੋਂ, ਉਹ ਹੁਣ ਜਦੋਂ ਜ਼ਿਆਦਾ ਦੁਨੀਆ ਆਉਣ ਡਈ ਆ, ਕੰਟਰੀ ਛੋਟੀ ਆ, ਘਰ ਓਨੇ ਹੀ ਆ, ਕਮਰੇ ਓਨੇ ਆ, ਦੁਨੀਆ ਜ਼ਿਆਦਾ ਆ, ਉਹ ਫਿਰ ਕਈ ਜਿਹੜੇ ਕਈ ਹੁਣ ਸਾਡੇ ਜਾਣਕਾਰ ਉਹ ਆਉਂਦੇ ਆ ਵੀ ਹੈਗੇ ਸੀ ਖੁਦ, ਸਾਨੂੰ ਪਤਾ ਕਿ ਹੋਟਲਾਂ ਦੇ ਵਿੱਚ ਆ ਕੇ ਯਾਨੀ ਕਿ ਸਟੇਅ ਕਰ ਲੈਂਦੇ ਆ, ਹਫ਼ਤਾ ਹਫ਼ਤਾ ਲਾ ਲਓ, 10 ਦਿਨ ਚਿਰ ਅੱਗੇ ਸਿਸਟਮ ਨਹੀਂ ਬਣਦਾ, ਹੈ ਨਾ, ਪਰ ਕਈਆਂ ਕੋਲ ਨਹੀਂ ਹੁੰਦਾ। ਹੁਣ ਜਿਹੜੇ ਹੋਟਲਾਂ 'ਚ ਸਟੇਅ ਕੀਤਾ ਹੁੰਦਾ, ਉਹ ਸੋਚਦੇ ਆ ਕਿ ਯਾਨੀ ਕਿ ਸਾਨੂੰ ਰੂਮ ਮਿਲ ਜੇ, ਬਾਕੀਆਂ ਨਾਲੋਂ 100 ਪਾਉਂਡ ਮਹਿੰਗਾ ਮਿਲ ਜੇ ਤਾਂ ਸਾਡਾ ਚੱਲੂਗਾ, 150 ਪਾਉਂਡ ਮਹਿੰਗਾ ਚੱਲ ਜੇ ਮਿਲ ਜੇ ਉਹ ਵੀ ਚੱਲੂਗਾ, ਅਤੇ ਜਿਹਦੇ ਕਰਕੇ ਫਿਰ ਉਹ ਮਾਰਕੀਟ ਦੇ ਵਿੱਚ ਰੇਟ ਵੀ ਚੇਂਜ ਹੋ ਜਾਂਦਾ। ਕੁਝ ਜਿਹੜੇ ਹੁੰਦੇ ਆ ਆਪਣੇ ਮਾਰੇ ਲੈਂਡਲੋਰਡ ਹੋ ਗਏ, ਜਾਂ ਅੱਗੇ ਕਿਸੇ ਨੇ ਲੈਂਡਲੋਰਡ ਤੋਂ ਘਰ ਲਿਆ, ਜਿੱਦਾਂ ਮੇਰੇ ਵਰਗੇ ਨੇ ਕਿਸੇ ਨੇ ਲਿਆ, ਮੈਨੂੰ ਪਤਾ ਕਿ ਹਾਂ ਵੀ ਸਪਟੈਂਬਰ ਆ ਗਿਆ ਵਾ, ਬੈਚ ਆਉਣ ਵਾਲੇ, ਦੁਨੀਆ ਆਉਣ ਵਾਲੀ ਆ, ਜਾਂ ਪਹਿਲਾਂ ਹੀ ਸੋਚ ਲੈਂਦੇ ਕਿ ਹਾਂ ਵੀ ਦੁਨੀਆ ਹੁਣ ਆਉਣੀ ਆ, ਉਹ ਪਹਿਲਾਂ ਕਹਿ ਦਿੰਦੇ ਕਿ ਹਾਂ ਵੀ ਜਿੱਦਾਂ ਮੈਂ ਲਿਆ 3,000 ਪਾਉਂਡ 'ਤੇ ਜਾਂ 2,000 ਪਾਉਂਡ 'ਤੇ ਘਰ ਰੈਂਟ 'ਤੇ, ਅਤੇ ਮੈਂ ਆਪਣਾ ਮਹਾਰਾਜ ਜਨਤਾ ਨੂੰ, ਸਟੂਡੈਂਟ ਨੂੰ ਕਹਿਣਾ ਕਿ ਹਾਂ ਵੀ ਜਿੱਥੇ 500 ਦਾ ਕਮਰਾ ਤੁਸੀਂ ਮੈਨੂੰ ਦਿਓ, 800-800 ਦਿਓ, 900-900 ਦਿਓ, ਹੈਗੇ ਦੁਨੀਆ ਇੱਥੇ ਇਸ ਵੇਲੇ, ਜਿਹੜੇ ਇੱਕ ਕਮਰੇ ਦਾ ਜਿਹੜਾ ਅੱਜ ਤੋਂ 4 ਸਾਲ ਪਹਿਲਾਂ 500 ਦਾ ਸੀ ਜਾਂ 450 ਦਾ ਸੀ, ਇਸ ਵੇਲੇ ਉਹ 900-900 ਦਾ ਵਾ, ਇੱਕ ਕਮਰਾ, ਘਰ ਨਹੀਂ ਇੱਕ ਕਮਰਾ,
ਅਤੇ ਇਹ ਚੱਕਰ ਦੇ ਵਿੱਚ ਇਹ ਸਾਰਾ ਸਿਸਟਮ ਚੇਂਜ ਹੋਣ ਕਰਕੇ ਜਿੰਨਾ ਵੀ ਪ੍ਰਾਈਸ ਪ੍ਰੂਈਸ ਜਿੰਨਾ ਵੀ ਆ, ਕੁਝ ਸਟੂਡੈਂਟ ਨੇ ਖੁਦ ਖਰਾਬ ਕੀਤਾ ਵਾ, ਕੁਛ ਸਾਡੇ ਵਰਗਿਆਂ ਨੇ ਜਿਨ੍ਹਾਂ ਨੇ ਆਪਣੇ ਏਜੰਟਾਂ ਤੋਂ ਘਰ ਲਏ ਆ, ਖੁਦ ਆਪਣੇ ਪੈਸੇ ਬਚਾਉਣ ਦੇ ਕਰਕੇ ਖੁਦ ਰੇਟ ਵੱਧ ਕੀਤੇ ਆ, ਕੁਛ ਲੈਂਡਲੋਰਡ ਜਿਹੜੇ ਆ ਉਹ ਥੋੜ੍ਹੇ ਲਾਲਚੀ ਆ। ਸੋ ਕੁੱਲ ਮਿਲਾ ਕੇ ਸਾਰਾ ਕੁਛ ਵੇਖ ਕੇ ਤਾਂ ਯਾਨੀ ਕਿ ਜਿੰਨਾ ਵੀ ਆ ਇਹ ਨਾ ਆਪਣਾ ਪ੍ਰਾਈਸ ਚੇਂਜ ਹੋ ਗਏ, ਜਿਹਦੇ ਕਰਕੇ ਸਟਰਗਲ ਵੱਧ ਗਈ ਆ। ਹੁਣ ਜੋਬਾਂ ਨਹੀਂ ਹੈਗੀਆਂ, ਇੱਦਾਂ ਦੇ ਵੀ ਸਟੂਡੈਂਟ ਮੁੰਡੇ ਹੈਗੇ ਸਾਡੇ ਜਾਣਕਾਰੀ ਆ, ਰਿਸ਼ਤੇਦਾਰ ਹੀ ਲਾ ਲਓ, ਜਿਨ੍ਹਾਂ ਨੂੰ ਦੋ ਦੋ ਮਹੀਨੇ ਢਾਈ ਢਾਈ ਮਹੀਨੇ ਹੋ ਗਿਆ ਅਤੇ ਦੋ ਦੋ ਦਿਹਾੜੀਆਂ ਲੱਗੀਆਂ। ਹੌਲੀ ਹੌਲੀ ਚੇਂਜ ਹੋਣ ਡਿਆ, ਸੁਣ 'ਚ ਆਉਣ ਡਿਆ ਮੁੰਡੇ ਕਿ ਹਾਂ ਵੀ ਜਾਂਦੇ ਕੰਮਾਂ 'ਤੇ, ਅੱਗੇ ਨੂੰ ਕੋਈ ਕਹਿੰਦਾ ਦਿਹਾੜੀਆਂ ਲੱਗ ਗਈਆਂ, ਜੇ ਵੋ ਇੱਧਰ ਉੱਧਰ ਡਿਆ, ਬੈਟਰ ਹੋਣ ਹੋਊਗਾ ਹੌਲੀ ਹੌਲੀ, ਇਹ ਨਹੀਂ ਕਿ ਸਾਰੀ ਜ਼ਿੰਦਗੀ ਇੱਦਾਂ ਹੀ ਰਹਿਣਾ, ਪਰ ਟਫ ਆ ਕੰਮ ਇਸ ਵੇਲੇ, ਹਾਰਡ ਲਾਈਫ ਆ ਮੁੰਡਿਆਂ ਲਈ। ਤਾਂ ਚਲੋ ਮੁੰਡੇ ਸਮਝ ਸੁਝ ਜਾਂਦੇ ਨਾਲ ਇੱਧਰ ਉੱਧਰ ਜਿੱਦਾਂ ਉਹ, ਹੈ ਨਾ, ਪਰ ਕੁੜੀਆਂ ਦੇ ਲਈ ਥੋੜ੍ਹਾ ਜ਼ਿਆਦਾ, ਜਿਹੜੀਆਂ ਇਕੱਲੀਆਂ ਆਉਂਦੀਆਂ ਉਹਨਾਂ ਲਈ ਜ਼ਿਆਦਾ ਥੋੜ੍ਹੀ ਸਟਰਗਲ ਆ, ਅਤੇ ਇਹ ਗੱਲਾਂ ਬਾਤਾਂ। ਅਤੇ ਜਿਹੜੀ ਫੈਮਿਲੀ ਆ ਉਹਨਾਂ ਲਈ ਵੀ ਆ, ਖਾਸ ਕਰਕੇ ਜੇ ਬੇਬੀ ਆ, ਅਸੀਂ ਨਹੀਂ ਜੀ ਦੇਣਾ ਕਿਰਾਏ 'ਤੇ ਕਮਰਾ ਜਵਾਕ ਵਾਲੇ ਨੂੰ, ਖੁਦ ਦੇ ਭਾਵੇਂ 3 ਜਵਾਕ ਅੰਦਰ ਖੇਡਣ ਡਏ ਹੋਣ, ਚਾਹੇ ਇੱਕ ਹੋਵੇ, ਪਰ ਜਵਾਕ ਵਾਲੇ ਨੂੰ ਕਮਰਾ ਦੇਣ ਤੋਂ ਪਤਾ ਨਹੀਂ ਕੀ ਇਹਨਾਂ ਨੂੰ ਕੋਈ ਕੀੜੀ ਲੜਦੀ ਹੈ। ਅਤੇ ਹੁਣ ਜੇ ਦਿਹਾੜੀ ਦਾ ਹਿਸਾਬ ਲਾਈਏ ਜਾਂ ਆਵਰਲੀ ਰੇਟ ਲਾਈਏ, ਆਵਰਲੀ ਰੇਟ ਤਾਂ ਜਿਵੇਂ ਖੈਰ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਇਹ ਬਿਲਕੁਲ ਇੱਥੇ ਬੇਸਿਕ ਰੇਟ ਹੀ ਇਹਨਾਂ ਨੇ ਦੇਣਾ ਵਾ, ਬੇਸਿਕ ਉਹੀ 10, 10.5, 11 ਵੱਧ ਤੋਂ ਵੱਧ ਮਿਲ ਜਾਣਗੇ ਕਿਤੇ। ਪਰ ਇਹ ਵੀ ਮੈਨੂੰ ਲੱਗਦਾ ਕਿ ਸਟੂਡੈਂਟ ਜਦੋਂ ਵੇਖ ਲੈਂਦੇ ਆ ਵੀ ਆਪਣਾ, ਯਾਨੀ ਕਿ ਉਹ ਵੇਖ ਲੈਂਦੇ ਕਿ ਬੰਦਾ ਸਟੂਡੈਂਟ ਆ, ਅਤੇ ਉਹ ਭਾਵੇਂ ਰੇਟ ਹੋਰ ਵੀ ਥੱਲੇ ਕਰ ਦੇਣ ਆਮ ਜੀ ਆਪਣੇ ਬੰਦੇ ਲੋਕ ਆ ਦੇ। ਅਤੇ ਬਾਕੀ ਜੇ ਬਿਲਡਰਾਂ ਦੇ ਨਾਲ ਕੰਮ ਕਰਨਾ ਤਾਂ ਬਿਲਡਰਾਂ ਦੇ ਨਾਲ ਚਲੋ ਇਹ ਆ ਕਿ 70-80 ਪਾਉਂਡ ਮਿਲ ਜਾਂਦੀ ਦਿਹਾੜੀ, ਜੇ ਤੁਸੀਂ ਥੋੜ੍ਹਾ ਕੰਮ ਜਾਣਦੇ ਜੇ ਸਕਿੱਲਡ ਜੇ, ਅਤੇ 80, ਬਾਕੀ ਡਿਪੈਂਡ ਕਰਦਾ ਤੁਹਾਡੇ, ਤੁਸੀਂ ਤੁਹਾਨੂੰ ਕੰਮ ਕਿੰਨਾ ਆਉਂਦਾ, ਕਿੰਨਾ ਤੁਸੀਂ ਹਾਰਡ ਕਰਦੇ ਜਾਂ ਕੀ ਆ, ਪਰ ਇਹ ਚਲੋ 70 ਕਿਤੇ ਮਿਲਦੀ ਆ ਨਾ। ਅਤੇ ਜਿਹਨੂੰ 70 ਮਿਲਦੇ ਆ ਉਹ 16-17 ਪਾਉਂਡ ਦੇ ਗੇੜ ਗੇੜ ਬਣਾ ਲੈਂਦਾ ਆਪਣਾ, ਉਹਦੇ ਵਿੱਚ ਇਹ ਆ ਕਿ ਚਲੋ 16-17 ਸੌ ਦੇ ਵਿੱਚੋਂ 700-800 ਰੈਂਟ, 700 ਲਾ ਲਓ ਰੈਂਟ ਵੀ ਨਿਕਲ ਗਿਆ, ਠੀਕ ਹੈ ਜੀ, 1000 ਬਚਿਆ ਉਹਦੇ ਆਪਣਾ ਖਰਚਾ ਪਰਚਾ ਜੇ ਵੋ ਖਾਣ ਪੀਣ, ਮਗਰ ਥੋੜ੍ਹਾ ਬਹੁਤ ਕੁਛ ਨਾ ਕੁਛ ਬੰਦਾ ਬਚਾ ਲੈਂਦਾ। ਪਰ ਇਹ ਤਾਂ ਜੇ ਤੁਸੀਂ ਫੁੱਲ ਟਾਈਮ ਬਿਲਡਰਾਂ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਕੰਮ ਕਰਨ ਡਿਆ ਜੀ ਇਸ ਵੇਲੇ, ਤਾਂ ਕਰਕੇ ਜਿਹਦੇ ਕਰਕੇ ਓਵਰਆਲ ਇਹ ਆ ਕਿ ਚਲੋ ਲਾਈਫ ਜਿਹੜੀ ਆ ਬਹੁਤ ਟਫ ਆ, ਈਜ਼ੀ ਨਹੀਂ ਆ, ਬਹੁਤ ਟਫ ਆ। ਉਸ ਤੋਂ ਬਾਅਦ ਜੇ ਤੁਸੀਂ ਆਪਣਾ ਅੱਜ ਕੱਲ੍ਹ ਚੱਲਣ ਡਿਆ ਸਵਿਚਿੰਗ, ਕਿ ਤੁਸੀਂ ਵਰਕ ਪਰਮਿਟ ਚੇਂਜ ਕਰਦੇ ਜੇ, ਆਈ ਥਿੰਕ Tier 2 ਆਉਂਦੇ ਉਹਨੂੰ, ਜਿਹਦੇ ਵਰਕ ਪਰਮਿਟ ਕਰ ਲੈਂਦੇ ਜੀ ਹੈ ਨਾ ਸਟੂਡੈਂਟ ਤੋਂ, ਉਹਦੇ ਵਿੱਚ ਹੁਣ ਪੈਸੇ ਵੀ ਤੁਹਾਨੂੰ ਪਤਾ ਬੜੇ ਬੜੇ ਦੁਨੀਆ ਲੈਣ ਡਈ ਆ, ਵੈਸੇ ਤਾਂ ਸਪੋਂਸਰ ਜਿਹੜੀ ਆ ਆਪਣਾ ਮਾਰਾ ਕੋਈ ਭਾਵੇਂ ਫ੍ਰੀ ਦੇ ਦੇ ਫ੍ਰੀ ਦੇ ਦੇ, ਅਤੇ ਭਾਵੇਂ ਮੰਗਣ ਨੂੰ ਭਾਵੇਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ 20-20 ਹਜ਼ਾਰ ਮੰਗਣ ਡਏ ਆ, 22-22 ਹਜ਼ਾਰ ਮੰਗਣ ਡਏ ਆ। ਇੱਕ ਇੱਦਾਂ ਹੀ ਕਿਸੇ ਦੇ ਕੋਲ ਗਿਆ ਤਾਂ ਉਹਨਾਂ ਮੁੰਡੇ ਬੈਠੇ 3-4, ਉਹਨਾਂ ਨੇ ਸਟੂਡੈਂਟ ਚੇਂਜ ਕਰਾਇਆ ਸੀ, ਕੋਈ ਕਹਿੰਦਾ ਜੀ ਮੈਂ ਤਾਂ ਆਪਣਾ ਮਾਰਾ 16 ਹਜ਼ਾਰ ਜੀ ਕਰਾ ਲਿਆ, ਅਤੇ ਇੱਕ ਕਹਿੰਦਾ ਜੀ ਮੈਂ 22 ਵੀ ਦਿੱਤਾ। ਅਤੇ ਡਿਪੈਂਡ ਕਰਦਾ ਕਿ ਕਿਹੜਾ ਬੰਦਾ ਤੁਹਾਨੂੰ ਲੈ ਕੇ ਦੇਣ ਡਿਆ, ਉਹ ਕਿੰਨੇ ਪੈਸੇ ਮੰਗ ਲੈਂਦਾ, ਕਿੰਨਾ ਮੂੰਹ ਅੱਡ ਲੈਂਦਾ, ਇਹ ਸਾਰਾ ਉਹਨਾਂ 'ਤੇ ਡਿਪੈਂਡ ਕਰਦਾ। ਇਹਦੇ ਵਿੱਚ ਕੋਈ ਰੇਟ ਨਹੀਂ ਆ, ਪਰ ਐਵਰੇਜ ਜਿਹੜਾ ਵਾ ਉਹ 18-19-20, 18-19-20 ਦੇ, ਯਾਨੀ ਕਿ 18-19-20 ਹਜ਼ਾਰ ਦੇ ਕਰੀਬ ਹੈਗਾ। ਅਤੇ ਹੁਣ ਆਉਂਦੇ ਹਾਂ ਜੀ ਆਪਾਂ, ਇਹ ਸਾਰੀ ਹੋ ਗਈ ਸਟੂਡੈਂਟ ਲਾਈਫ ਸਾਈਡ 'ਤੇ, ਹੈ ਨਾ, ਸਟਰਗਲ ਆ ਜਿਹਦੇ ਵਿੱਚ ਬਹੁਤ ਜ਼ਿਆਦਾ। ਹੁਣ ਆ ਜਾਈਏ ਆਪਾਂ ਸਟੂਡੈਂਟ ਲਾਈਫ ਦੇ ਵਿੱਚ, ਜਿਹੜਾ ਨਵਾਂ ਚੇਂਜ, ਜਿਹੜਾ ਬਿਗ ਚੇਂਜ ਇਹਨਾਂ ਨੇ ਕੀਤਾ ਵਾ ਆਪਣੀ ਗੌਰਮੈਂਟ ਨੇ, ਜਿਹੜਾ ਕਿ ਜਨਵਰੀ ਤੋਂ ਹੋ ਜਾਣਾ ਲਾਗੂ, ਦਸੰਬਰ ਤੱਕ ਤਾਂ ਠੀਕ ਆ। ਹੁਣ ਉਹਦੇ ਵਿੱਚ ਇਹ ਆਉਂਦੇ ਆ ਕਿ ਯਾਨੀ ਕਿ ਜੇਕਰ ਤੁਸੀਂ ਜਨਵਰੀ ਤੋਂ ਪਹਿਲਾਂ ਪਹਿਲਾਂ ਸਟੂਡੈਂਟ ਇੱਥੇ ਆਉਂਦੇ ਆ ਮੁੰਡੇ, ਹੈ ਨਾ, ਜਾਂ ਕੁੜੀਆਂ ਜਾਂ ਜੋ ਵੀ ਆ, ਉਹ ਆਪਣੇ ਸਪਾਊਸ ਜਾਂ ਜੋ ਵੀ ਆਪਣੇ ਫੈਮਿਲੀ ਮੈਂਬਰ ਨੂੰ ਸਪੋਂਸਰ ਕਰਨਾ ਵਾ ਕਰ ਸਕਦੇ ਆ, ਜਾਂ ਆਪਣਾ ਵੀਜ਼ਾ ਚੇਂਜ ਕਰਨਾ ਵਾ ਵਰਕ ਪਰਮਿਟ ਦੇ ਵਿੱਚ ਸਟੂਡੈਂਟ ਤੋਂ, ਉਹ ਕਰ ਸਕਦੇ ਆ। ਪਰ ਜਿਹੜਾ ਜਨਵਰੀ ਤੋਂ ਜਾਂ ਜਨਵਰੀ ਤੋਂ ਬਾਅਦ ਮੈਨੂੰ ਲੱਗ, ਉਹਨਾਂ ਨੇ ਕਿਹਾ ਕਿ ਯਾਨੀ ਕਿ ਉਹ ਬਿਲਕੁਲ ਬੰਦ ਹੋ ਜਾਣਾ। ਹੁਣ ਜਨਵਰੀ ਦੇ ਵਿੱਚ ਕਦੋਂ ਤੱਕ ਲਾਗੂ ਰਹਿਣਾ ਇਹ ਨਹੀਂ ਮੈਨੂੰ ਪਤਾ, ਪਰ ਉਹਨਾਂ ਨੇ ਜਨਵਰੀ ਕਿਹਾ ਵਾ, ਮਤਲਬ ਕਿ ਜਨਵਰੀ ਲਾ ਕੇ ਚੱਲੋਗੇ ਜਨਵਰੀ ਤੋਂ, ਜਨਵਰੀ ਤੋਂ ਤੁਸੀਂ ਕੋਈ ਆਪਣਾ ਸਪੋਂਸਰ ਨਹੀਂ ਕਰ ਸਕਦੇ, ਕਿਸੇ ਨੂੰ ਸੱਦ ਨਹੀਂ ਸਕਦੇ ਇੰਡੀਆ ਤੋਂ ਜਾਂ ਇੱਧਰੋਂ ਉੱਧਰੋਂ ਕਿਤੇ ਵੀ, ਅਤੇ ਨਾ ਤੁਸੀਂ ਆਪਣਾ ਵਰਕ ਪਰਮਿਟ ਚੇਂਜ ਕਰਾ ਸਕਦੇ ਜੀ। ਸਿਰਫ ਤਾਂ ਸਿਰਫ ਉਹ ਬੰਦਾ ਸੱਦ ਸਕਦਾ ਜਿਹੜਾ PhD ਕਰਨਾ ਆ, ਪਲੱਸ ਜੇਕਰ ਤੁਹਾਡਾ ਵਰਕ ਪਰਮਿਟ ਤੁਸੀਂ ਚੇਂਜ ਕਰਨਾ ਵਾ ਜਾਂ ਜੋ ਵੀ ਕੁਛ ਕਰਨਾ ਵਾ, ਉਹ ਤੁਹਾਡਾ ਹੋਊਗਾ ਤੁਸੀਂ ਜੋ ਵੀ ਆਪਣਾ ਮਾਰਾ ਡਿਗਰੀ ਕਰਨ ਆਏ ਜੇ, ਡਿਗਰੀ ਕੰਪਲੀਟ ਹੋਣ ਤੋਂ ਬਾਅਦ, ਉਹ ਤੁਹਾਡੀ 3 ਸਾਲ ਦੀ ਆ, 4 ਸਾਲ ਦੀ ਆ, ਪਤਾ ਨਹੀਂ ਉਹ ਕਿੰਨੀ ਆ, ਜਾਂ ਜੋ ਵੀ ਤੁਹਾਡੀ ਗ੍ਰੈਜੂਏਸ਼ਨ ਵਗੈਰਾ ਵਾ, ਉਹ ਪੂਰਾ ਕਨਫਰਮ ਕਰਕੇ ਤੁਹਾਨੂੰ ਚੱਲਣਾ ਪੈਣਾ। ਕਿਉਂਕਿ ਜਿੱਦਾਂ ਆਪਾਂ ਪਹਿਲਾਂ ਆਏ ਇੱਥੇ ਚੇਂਜ ਕਰ ਲੈਂਦੇ ਹਾਂ, ਈਜ਼ੀ ਹੋ ਜਾਂਦਾ, ਚਲੋ ਪੈਸੇ ਤਾਂ ਲੱਗਦੇ ਆ, ਪਰ ਇਹ ਆ ਕਿ ਜ਼ਿੰਦਗੀ ਬਣ ਜਾਂਦੀ ਸੀ,
ਹੁਣ ਉਹ ਇਹਨਾਂ ਨੇ ਬੰਦ ਕਰ ਦਿੱਤਾ ਸਿਸਟਮ। ਤੁਹਾਡੀ ਸਪੌਂਸਰਸ਼ਿਪ ਨਹੀਂ ਉਹਦੇ ਵਿੱਚ ਕੋਈ ਵੀ, ਤੁਸੀਂ ਕਿਸੇ ਨੂੰ ਨਹੀਂ ਕਰ ਸਕਦੇ, ਕਿਸੇ ਨੂੰ ਨਹੀਂ ਸੱਦ ਸਕਦੇ, ਅਤੇ ਨਾ ਹੀ ਤੁਸੀਂ ਆਪਣਾ ਜਿਹੜਾ ਵੀਜ਼ਾ ਚੇਂਜ ਕਰਾ ਸਕਦੇ ਜੀ। ਜਨਵਰੀ 2024 ਤੋਂ ਪਹਿਲਾਂ ਕਰ ਲਓ ਜਿੰਨੇ ਕਰਨੇ ਆ, ਉਸ ਤੋਂ ਬਾਅਦ ਕੋਈ ਨਹੀਂ ਆਉਣਾ। ਅਤੇ ਇਹ ਜਿਹੜਾ ਇੱਕ ਬਹੁਤ ਹੀ ਯਾਨੀ ਕਿ ਔਖਾ ਕੰਮ ਇਹਨਾਂ ਨੇ ਕਰ ਦਿੱਤਾ ਅਤੇ ਮਾੜੀ ਚੀਜ਼ ਇਹਨਾਂ ਨੇ ਕਰ ਦਿੱਤੀ ਆ। ਇਹ ਆ ਜੀ ਸਟੂਡੈਂਟ ਲਾਈਫ ਇਨ UK।